ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਸੰਗਰੂਰ ਪੁਲਿਸ ਅਤੇ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਕਿਤੇ ਨਾ ਕਿਤੇ ਜੋ ਨਸ਼ੇ ਦੀ ਰੋਕਥਾਮ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਸਾਡੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਅਤੇ SSP ਸੰਗਰੂਰ ਮੌਜੂਦ ਨੇ ਸਰ ਅੱਜ ਵਾਕੋਥੋਨ ਦਾ ਆਯੋਜਨ ਕੀਤਾ ਜਾ ਰਿਹਾ 5 ਕਿਲੋਮੀਟਰ ਕੀ ਸੰਦੇਸ਼ ਦੇਣ ਜੀ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਸਖਤ ਨਿਰਦੇਸ਼ ਨੇ ਕਿ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਅਤੇ ਨਸ਼ੇ ਦਾ ਖਾਤਮਾ ਪੰਜਾਬ 'ਚੋਂ ਖਤਮ ਕਰਕੇ ਰੰਗਲਾ ਪੰਜਾਬ ਬਣਾਇਆ ਜਾਵੇ। ਉਹਦੇ ਤਹਿਤ ਅਸੀਂ ਅੱਜ ਇੱਕ ਜਾਗਰੂਕਤਾ ਰੈਲੀ ਕੀਤੀ ਹੈ, ਵਾਕਾਥੋਨ ਦਾ ਔਰਗਨਾਈਜ਼ ਕੀਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ। ਮੇਰੇ SSP ਸਾਹਿਬ ਵੀ ਨੇ, ਪੁਲਿਸ ਪ੍ਰਸ਼ਾਸਨ, ਬੱਚੇ ਨੇ, ਕਾਲਜ ਦੇ ਸਟੂਡੈਂਟਸ ਨੇ, ਹਜ਼ਾਰਾਂ ਦੀ ਤਾਦਾਦ 'ਚ ਇੱਥੇ ਨੇ ਅਤੇ ਸਾਨੂੰ ਬਹੁਤ ਚੰਗਾ ਲੱਗਿਆ ਕਿ ਲੋਕਾਂ ਦੇ ਵਿੱਚ ਉਤਸ਼ਾਹ ਕਾਫੀ ਹੈ ਅਤੇ ਨਸ਼ੇ ਦਾ ਇਹ ਜਿਹੜਾ ਸੰਦੇਸ਼ ਹੈ ਕਿ ਨਸ਼ਾ ਜਿਹੜਾ ਹੈਗਾ ਬੱਚੇ ਬੜੇ, ਜੇਕਰ ਕਿਸੇ ਨੂੰ ਇਹ ਬਿਮਾਰੀ ਹੈ ਅਸੀਂ ਉਹਨਾਂ ਨੂੰ ਮੰਦ ਭਾਵਨਾ ਨਾਲ ਨਾ ਦੇਖੀਏ, ਬਲਕਿ ਜੇਕਰ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਉਹ ਸਰਕਾਰ ਦੇ ਨਾਲ ਮਿਲ ਕੇ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਕੇ ਉਹਨੂੰ ਰੀਹੈਬਿਲੀਟੇਟ ਕਰਾ ਕੇ ਸੋਸਾਇਟੀ ਦੇ ਵਿੱਚ ਵਾਪਸ ਇੰਟੀਗ੍ਰੇਟ ਕਰਾਈਏ, ਇਹ ਸਾਡਾ ਟੀਚਾ ਹੈ। ਬਿਲਕੁਲ, ਡਿਪਟੀ ਕਮਿਸ਼ਨਰ ਸਾਹਿਬ ਦਾ ਕਹਿਣਾ ਕਿ ਇੱਕ ਨਸ਼ੇ ਨੂੰ ਠੱਲ ਪਾਉਣ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਆ ਸੰਗਰੂਰ ਪੁਲਿਸ ਅਤੇ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਮਿਲ ਕੇ। ਸਾਡੇ ਨਾਲ SSP ਸੰਗਰੂਰ ਮੌਜੂਦ ਨੇ। ਸਰ, ਕਿਸ ਤਰ੍ਹਾਂ ਵੇਖਦੇ ਹੋ? ਅਸੀਂ ਅੱਜ ਜੋ ਇਹ ਉਪਰਾਲਾ ਕੀਤਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ, ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਅਸੀਂ ਇਸ ਕਾਰਵਾਈ ਵਿੱਚ ਹਾਂ ਅਤੇ ਸਾਡਾ ਟੀਚਾ ਇਹ ਹੈ ਕਿ ਅਸੀਂ ਇਸ ਨੂੰ ਵਚਨਬੱਧ ਤਰੀਕੇ ਨਾਲ ਫੋਲੋਅਪ ਕਰੀਏ, ਸਾਰੇ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰੀਏ, ਆਪਣੇ ਬੱਚਿਆਂ ਨੂੰ ਜੋ ਸਾਡੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਸਾਡੇ ਨਾਲ ਰਲਾਈਏ ਤਾਂ ਕਿ ਉਹਨਾਂ ਦੀ ਮਦਦ ਨਾਲ ਅਸੀਂ ਆਪਣੇ ਸਮਾਜ ਨੂੰ ਬਿਹਤਰ ਸਮਾਜ ਬਣਾ ਸਕੀਏ। ਸਰ, ਜੇਕਰ ਗੱਲ ਕੀਤੀ ਹੈ ਵੀ ਜਿਸ ਤਰ੍ਹਾਂ ਤੁਸੀਂ ਇੱਕ ਨੰਬਰ ਵੀ ਡਿਸਪਲੇ ਕੀਤਾ ਕਿ ਨਸ਼ਾ ਜੇਕਰ ਕੋਈ ਵੇਚਦਾ ਉਸਦੇ ਉੱਤੇ ਸੰਪਰਕ ਕੀਤਾ ਜਾ ਸਕਦਾ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਹੁੰਦਾ ਕਿ ਅਸੀਂ ਜੇਕਰ ਜਾਣਕਾਰੀ ਦਿੱਤਾਂਗੇ ਸਾਡਾ ਪਤਾ ਨਾ ਲੱਗ ਜਾਵੇ। ਅਸੀਂ ਜੀ ਜਿਹੜਾ ਹੁਣ ਨੰਬਰ ਸਾਡਾ ਹੈਲਪਲਾਈਨ ਦਾ ਹੈਗਾ ਉਹ ਇੱਕ ਸੀਨੀਅਰ ਆਫਿਸਰ ਖੁਦ ਮੋਨੀਟਰ ਕਰਨਗੇ, ਜਿਹੜੇ ਵੀ ਆਪਣੇ ਕੋਈ ਇਨਫੋਰਮੇਸ਼ਨ ਦਿੰਦੇ ਹੈ ਉਹਨਾਂ ਦਾ ਅਸੀਂ ਨਾਮ ਪਤਾ ਕੁਛ ਨਹੀਂ ਪੁੱਛਦੇ, ਉਹ ਸਿਰਫ ਇਨਫੋਰਮੇਸ਼ਨ ਦਿੰਦੇ ਹੈ, ਉਹਨਾਂ ਦਾ ਅਸੀਂ ਜੋ ਇਨਫੋਰਮੇਸ਼ਨ ਦਿੱਤੀ ਹੈ ਉਸਨੂੰ ਵੈਰੀਫਾਈ ਕਰਕੇ ਅਤੇ ਉਸ 'ਤੇ ਐਕਸ਼ਨੇਬਲ ਜੋ ਕੰਮ ਹੁੰਦਾ ਉਹ ਕਰਦੇ ਹਾਂ। ਲੇਕਿਨ ਅਸੀਂ, ਮੈਂ ਸਾਰੀ ਪਬਲਿਕ ਨੂੰ ਇਸ ਮਾਧਿਅਮ ਰਾਹੀਂ ਦੱਸਣਾ ਚਾਹਾਂਗਾ ਕਿ ਉਹ ਬਿਲਕੁਲ ਬੇਫਿਕਰ ਰਹਿਣ, ਜੋ ਉਹਨਾਂ ਨੇ ਸਾਨੂੰ ਦੱਸਿਆ ਉਹ ਗੱਲ ਸਿਰਫ ਸਾਡੇ ਅਤੇ ਉਹਨਾਂ ਦੇ ਵਿੱਚ ਹੀ ਰਹੇਗੀ, ਜੋ ਬਣਦਾ ਐਕਸ਼ਨ ਅਸੀਂ ਉਹ ਲਵਾਂਗੇ। ਜੀ ਬਿਲਕੁਲ, ਡਿਪਟੀ ਕਮਿਸ਼ਨਰ ਅਤੇ SSP ਸੰਗਰੂਰ ਦਾ ਕਹਿਣਾ ਕਿ ਅੱਜ ਵਾਕੋਥੋਨ ਦਾ ਆਯੋਜਨ ਕੀਤਾ ਜਾ ਰਿਹਾ ਜੋ ਕਿ ਤਕਰੀਬਨ 5 ਕਿਲੋਮੀਟਰ ਦੀ ਦੱਸੀ ਜਾ ਰਹੀ ਹੈ, ਪਰ ਉੱਥੇ ਹੀ ਇਹਨਾਂ ਦਾ ਕਹਿਣਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਜਿੱਥੇ ਉਹਨਾਂ ਨੇ ਆਮ ਲੋਕਾਂ ਦਾ ਸਹਿਯੋਗ ਮੰਗਿਆ ਉੱਥੇ ਹੀ ਸਕੂਲੀ ਬੱਚੇ ਵੀ ਇਸ ਵਾਕੋਥੋਨ ਦੇ ਵਿੱਚ ਸ਼ਾਮਿਲ ਨੇ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ, ਲਿਵਿੰਗ ਇੰਡੀਆ, ਸੰਗਰੂਰ।